ਇੱਕ ਹੋਰ ਜਿਹੜੀ ਮੈਂ ਗੱਲ ਕਹਿਣੀ ਸੀ ਕਿ ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਫਾਸਟ ਬੋਲਣਾ ਵਾਂ, ਬਟ ਇਸ ਵੀਡੀਓ ਦੇ ਵਿੱਚ ਮੈਂ ਟਰਾਈ ਕੀਤਾ ਥੋੜ੍ਹਾ ਜਿਹਾ ਸਲੋ ਬੋਲਣ ਦੀ। ਸੋ ਜੇ ਤੁਸੀਂ ਨੋਟਿਸ ਕੀਤਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਂ ਫਾਸਟ ਬੋਲਣਾ ਵਾਂ, ਮੈਨੂੰ ਥੋੜ੍ਹਾ ਸਲੋ ਬੋਲਣਾ ਚਾਹੀਦਾ ਹੈ ਜਾਂ ਇਹ ਪੇਸ ਠੀਕ ਹੈ। ਕੀ ਹਾਲ ਚਾਲ ਆ ਜੀ ਸਾਰਿਆਂ ਦਾ, ਅਤੇ ਆਹ ਵੀਡੀਓ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ। ਆਈ ਨੋ ਮੇਰੇ ਯਾਰ ਦੋਸਤ ਨੇ ਮੋਸਟਲੀ, ਅਤੇ ਯਾਰਾਂ ਦੋਸਤਾਂ ਦੇ ਅੱਗੋਂ ਯਾਰ ਦੋਸਤ ਜਿੰਨੇ ਫੇਸਬੁੱਕ ਤੋਂ, ਇੰਸਟਾਗ੍ਰਾਮ ਤੋਂ, ਜਿੰਨੇ ਵੀ ਮਤਲਬ ਆ ਕੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ, ਥੈਂਕ ਯੂ ਵੈਰੀ ਮੱਚ ਤਹਿ ਦਿਲ ਤੋਂ। ਸੋ ਇਟ ਮੀਨਸ ਅ ਲੋਟ ਫੋਰ ਮੀ। ਅਤੇ ਮੈਂ ਕਦੀ ਵੀ ਆਪਣੇ ਵਿਊਸ ਜਾਂ ਮਤਲਬ ਸਬਸਕ੍ਰਾਈਬਰ ਨਹੀਂ ਵੇਖੇ, ਕਿਉਂਕਿ ਜਿਵੇਂ ਕਿ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਵੀ ਕਿਹਾ, ਕਿਉਂਕਿ ਜੇ ਮੈਨੂੰ ਕੰਮ ਚੰਗਾ ਲੱਗਦਾ ਤਾਂ ਮੈਂ ਕਰਨ ਦਿਆਂ ਵਾਂ, ਜਿੰਨਾ ਚਿਰ ਮਜ਼ਾ ਆਉਂਦਾ ਉਨ੍ਹਾਂ ਚਿਰ ਵੀਡੀਓਜ਼ ਆਉਣਗੀਆਂ। ਵਨਸ ਅਗੇਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਕੀਤਾ। ਅਤੇ ਇੱਕ ਹੋਰ ਜਿਹੜੀ ਮੈਂ ਅਪਡੇਟ ਦੇਣੀ ਸੀ ਉਹ ਇਹ ਸੀ ਕਿ ਹੁਣ ਮੈਂ ਟਰਾਈ ਕਰਾਂਗਾ ਕਿ ਅਗਲੇ 7 ਦਿਨਾਂ ਦੇ ਵਿੱਚ ਵਿੱਚ ਮੈਂ ਮਤਲਬ 7 ਵੀਡੀਓਜ਼ ਬਣਾਵਾਂ, ਮਤਲਬ ਵਲੋਗਿੰਗ ਕਰਾਂ ਅਤੇ ਨਾਲ ਤੁਹਾਨੂੰ ਇਨਫੋਰਮੇਸ਼ਨ ਵੀ ਦਿਆਂ, ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਲੋਗਿੰਗ ਜਿਹੜੀ ਕਿ ਮੈਨੂੰ ਪਸੰਦ ਹੈ, ਅਤੇ ਇਨਫੋਰਮੇਸ਼ਨ ਮੈਂ ਚਾਹੁੰਦਾ ਵਾਂ ਕਿ ਇੰਟਰਟੇਨਮੈਂਟ ਦੇ ਨਾਲ ਨਾਲ ਇਨਫੋਰਮੇਸ਼ਨ ਵੀ ਦੇਵਾਂ ਜੋ ਕਿ ਤੁਹਾਡੇ ਕੁਛ ਕੰਮ ਆ ਸਕੇ। ਅਤੇ ਉਹ ਸਾਰੀ ਇਨਫੋਰਮੇਸ਼ਨ ਮੇਰੇ ਪਰਸਨਲ ਐਕਸਪੀਰੀਅੰਸ 'ਤੇ ਬੇਸਡ ਹੁੰਦੀ ਆ ਮੋਸਟਲੀ, ਬਟ ਕੁਛ ਮੈਂ ਰੀਸਰਚ ਕਰਕੇ ਵੀ ਤੁਹਾਨੂੰ ਦੱਸਣਾ ਵਾਂ। ਇਹ ਸੀ ਜੀ ਜਿਹੜੀ ਅੱਗੇ ਹੁਣ ਆਉਣ ਵਾਲੀਆਂ 7 ਵੀਡੀਓਜ਼ ਨੇ ਉਹਦੀ ਅਪਡੇਟ, ਅਤੇ ਨਾਲ ਦੇ ਨਾਲ ਇੱਕ ਹੋਰ ਵਾਰੀ, ਵੈਸੇ ਵੀ ਮੈਂ ਪਹਿਲੀ ਬਹੁਤ ਜ਼ਿਆਦਾ ਵਾਰੀ ਕਹਿ ਛੱਡਿਆ, ਬਟ ਅਗੇਨ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੇ ਵੀ ਚੈਨਲ ਸਬਸਕ੍ਰਾਈਬ ਕੀਤਾ। ਮੈਂ ਮਿਲਦਾ ਹੁਣ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ। ਸੋ ਸਟੇ ਟਿਊਨਡ, ਅਤੇ ਵੀਡੀਓ ਵੇਖਦੇ ਰਹੋ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।